ਅਸੀਂ ਕਦੋਂ ਕਹਿੰਦੇ ਹਾਂ, ਅਸੀਂ ਤਾਂ ਆਪ ਆ ਕੇ ਖਲੋ ਜਾਣਾ ਸੀ, ਫਿਰ ਇਹ ਬੇਤਬਾਰੀ ਕਿਉਂ? ਤੁਹਾਨੂੰ ਲੱਗਦਾ ਨਾ ਵੀ ਤੁਸੀਂ ਤੁਹਾਡੇ ਕੋਲ ਪੀਸਫੁਲੀ? ਹਾਂ ਅਸੀਂ ਕਦੋਂ ਕਿਹਾ ਤਸਵੀਰਾਂ ਮਜੀਠਾ ਹਲਕੇ ਦੀਆਂ ਨੇ, ਜਿੱਥੇ ਇੱਕ ਪਾਸੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਕਰਨ ਪਹੁੰਚੇ, ਉੱਥੇ ਹੀ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਸੰਧੂ ਨੂੰ ਸਵਾਲ ਜਵਾਬ ਕਰਨ ਪਹੁੰਚ ਗਏ। ਪ੍ਰਸ਼ਾਸਨ ਵੱਲੋਂ ਹਾਲਾਤ ਨੂੰ ਵੇਖਦਿਆਂ ਹੋਇਆ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ, ਜਿਸ ਤੋਂ ਕਿਸਾਨ ਖਫਾ ਨਜ਼ਰ ਆਏ। ਨਾਰਾਜ਼ ਕਿਸਾਨਾਂ ਨੇ ਤਰਨਜੀਤ ਸਿੰਘ ਸੰਧੂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਕਹਿਣਾ ਕਿ ਉਹ ਸਵਾਲ ਜਵਾਬ ਕਰਨ ਪਹੁੰਚੇ ਸਨ, ਜਿਸ ਤੋਂ ਸੰਧੂ ਭੱਜ ਨਿਕਲੇ ਨੇ। ਦੇਖੋ ਤਰਨਜੀਤ ਸਿੰਘ ਸੰਧੂ ਸਾਹਿਬ ਜਿਹੜੇ ਸਾਡੇ ਇੱਥੇ ਉਮੀਦਵਾਰ ਆ ਭਾਜਪਾ ਦੇ, ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲਓ, ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ। ਔਰ ਫਿਰ ਅਸੀਂ ਕਿਹਾ ਫਿਰ ਵੀ ਅਸੀਂ ਵਿਰੋਧ ਕਰਾਂਗੇ, ਅਤੇ ਇੱਥੋਂ ਤੱਕ ਆਏ ਹਾਂ, ਲੱਗ ਗਿਆ ਪੈਲਸ ਹੈਗਾ ਵਾ, ਤੋਂ ਭਾਜਪਾ ਦੀ ਸਰਕਾਰ ਜਿਹੜੀ ਆ, ਜਿਹੜੇ ਉਹਦੇ ਉਮੀਦਵਾਰ ਆ, ਸਾਡੇ ਦਾ ਸਵਾਲ ਆ ਵੀ ਲਖੀਮਪੁਰ ਖੀਰੀ ਦਾ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ? ਤੁਸੀਂ ਲਿਖ ਕੇ ਘੱਲਿਆ ਸੀਗਾ, ਤੁਹਾਡੀ ਆਪਦੀ ਸੀਗੀ ਵੀ MSP ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ। ਬਿਜਲੀ ਸੋਧ ਬਿੱਲ ਉਦੋਂ ਸੀਗਾ, ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ, ਤੁਸੀਂ ਹੁਣ ਬਿਜਲੀ ਬਿੱਲ 2023 'ਚ ਵੀ ਬਣਾ ਕੇ ਰੱਖ ਲਿਆ ਹੈਗਾ ਵਾ। ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ, ਉੱਥੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ, ਸਾਰੇ ਦੇਸ਼ ਦੇ ਕੇਸ ਵਾਪਸ ਲੈਣੇ ਸੀਗੇ, ਉਹਦਾ ਕੋਈ ਨਹੀਂ। ਆਹ ਹੁਣ ਲਖੀਮ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਰਡਰਾਂ 'ਤੇ ਬੈਠੇ, ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ? ਸਾਡਾ ਕਸੂਰ ਕੀ ਸੀ? ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ? ਸਾਡਾ ਉਹਦੇ 'ਤੇ ਕੀ ਕਸੂਰ ਸੀਗਾ? ਜਾਂ ਅਜੇ ਵੀ ਸਾਨੂੰ ਹਰਿਆਣੇ ਦੀਆਂ ਸੜਕਾਂ 'ਤੇ ਬਾਲਿਆ ਗਿਆ, ਸਾਡਾ ਕੀ ਕਸੂਰ ਸੀਗਾ? ਯਾਨੀ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰ। ਔਰ ਭਾਰਤ WTO ਤੋਂ ਬਾਹਰ ਸਰਕਾਰ ਇੰਨੇ ਘਬਰਾਏ ਹੋਏ ਨੇ, ਇੱਕ IS ਅਫਸਰ ਤੋਂ ਵੀ ਉੱਚਾ ਅਹੁਦਾ ਉਹਨਾਂ ਦਾ ਹੈਗਾ, ਫੋਰਨ ਜਿਹੜੇ ਮਿਨਿਸਟਰ ਰਹੇ ਨੇ ਤਰਨਜੀਤ ਸਿੰਘ ਸੰਧੂ, ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ, ਹੁਣ ਕੱਲ੍ਹ ਨੂੰ MP ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ, ਜਾਂ ਭਾਜਪਾ ਕੀ ਸਵਾਰੂਗੀ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ? ਸੋ ਅਸੀਂ ਪੁਰਮਮਨ ਢੰਗ ਨਾਲ ਉਹਨਾਂ ਨੂੰ ਕਿਹਾ ਵੀ ਅਸੀਂ ਬੰਦੇ 5-7-10 ਆ ਜਾਂਦੇ ਹਾਂ, ਤੁਸੀਂ ਤੁਹਾਡੇ ਗਾੜੀ ਸਵਾਲ ਰੱਖ ਦੇ, ਸਾਡੇ ਸਵਾਲਾਂ ਦੇ ਜਵਾਬ ਦੇ ਦਿਓ। ਪਰ ਉਹ ਭੱਜ ਨਿਕਲੇ, ਬਾਕੀ ਅਸੀਂ ਉਹਨੂੰ ਵੀਡੀਓ, ਅਸੀਂ ਕਹਿੰਦੇ ਜੀ ਵੀ ਬਗੈਰ ਵੀਡੀਓ ਨਹੀਂ ਬਣ ਦੇਣੀ, ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੋਇਆ? ਵੀ ਫੋਟੋ ਖਿੱਚ ਕੇ ਲੈ ਜਾਓ ਜਦੋਂ ਪਬਲਿਕ 'ਚ ਨਹੀਂ ਜਾਣਾ, ਵੀ ਸਾਡਾ ਨੁਮਾਇੰਦਾ ਜਾਂ ਭਾਜਪਾ ਦਾ ਇਸ ਸਵਾਲਾਂ 'ਤੇ ਕੀ ਸਟੈਂਡ ਹੈਗਾ, ਉਹਦਾ ਫਾਇਦਾ ਕੀ ਹੈਗਾ? ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ, ਉਹਦੇ ਜਿਹੜਾ ਮੇਨ ਹੈੱਡਕੁਆਰਟਰ ਹੈ ਚੰਡੀਗੜ੍ਹ, ਉੱਤੇ ਭਾਜਪਾ ਦਾ ਝੰਡਾ ਲੱਗਣ ਵਾਲਾ, ਉਹਦਾ ਇਹਦਾ ਭਗਵਾਕਰਨ ਹੋ ਗਿਆ ਵਾ। ਬਾਕੀ ਤਾਂ ਸਾਰਾ ਕੁਛ ਪੂਰਾ ਚੱਲ ਰਿਹਾ, ਔਰ ਭਗਵੰਤ ਮਾਨ ਦੀ ਸਰਕਾਰ B ਟੀਮ ਵੱਜੋਂ ਭਾਜਪਾ ਦੇ ਕੰਮ ਕਰ ਰਹੀ ਹੈਗੀ ਆ। ਔਰ ਹੁਣ ਪੁਲਿਸ ਦੇ ਵਿੱਚ ਅਫਸਰ ਇਹੋ ਜਿਹੇ ਹੋਣਗੇ ਜਿਹੜੇ TV ਚੈਨਲਾਂ 'ਤੇ ਜਾ ਕੇ ਭਾਜਪਾ ਦਾ ਪ੍ਰਵਕਤਾ ਬਣ ਕੇ ਸਫਾਈਆਂ ਦੇਣਗੇ, ਜੋ ਅਸੀਂ ਦੇਖ ਰਹੇ ਹੈਗਾ। ਅਤੇ ਇਹ ਜਮਹੂਰੀਅਤ ਦਾ ਗਲਾ ਕੁੱਟਣ ਵਾਲੀ ਗੱਲ ਆ ਜੋ ਅਸੀਂ ਦੇਖ ਰਹੇ ਸੀ। ਅੱਜ ਤਾਂ ਹੀ ਅਪੀਲ ਕੀਤੀ ਸੀ ਵੀ ਅੱਜ ਵੋਟ ਜਾਂ ਪਾਉਣ ਤੋਂ ਪਹਿਲਾਂ ਭਾਜਪਾ ਦਾ ਅਸਲ ਰੂਪ ਦੇਖ ਲਓ, ਪਾਇਓ ਜਿੱਥੇ ਮਰਜ਼ੀ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀ ਕੀਤਾ ਜਾ ਰਿਹਾ, ਕਿਵੇਂ ਧੱਕਾ ਕੀਤਾ ਜਾ ਰਿਹਾ। ਰੁਜ਼ਗਾਰ 'ਤੇ 200 ਦਿਨ ਨਰੇਗਾ ਮੰਗੀ ਸੀ, 700 ਰੁਪਇਆ ਦਿਹਾੜੀ ਮੰਗੀ ਸੀ, ਉਹਦਾ ਵੀ ਕੁਛ ਨਹੀਂ ਕੀਤਾ। ਸੋ ਅੱਜ ਦਾ ਪ੍ਰੋਗਰਾਮ ਸੀ, ਅਸੀਂ ਪੀਸਫੁਲੀ ਢੰਗ ਨਾਲ ਆਪਣਾ ਕਰ ਰਹੇ ਹੈਗੇ। ਸਰ, ਜਿਹੜੇ ਪ੍ਰਧਾਨ ਜੀ ਦਾ ਇਸ ਵੇਲੇ ਪੁਲਿਸ ਫੋਰਸ ਲਾਈ ਗਈ ਹੈ, ਕੀ ਲੱਗਦਾ ਕਿ ਡਰ ਹੈ? ਹਾਂ ਦੇਖੋ, ਮੈਂ ਕਿਹਾ ਪੁਲਿਸ ਫੋਰਸ ਲੱਗੇ, ਸਾਡਾ ਤਾਂ ਡਰ ਕੋਈ ਨਹੀਂ। ਜਾਂ ਤਾਂ ਸਾਡਾ ਪ੍ਰੋਗਰਾਮ ਵੀ ਉਹਨਾਂ ਦੀ ਰੈਲੀ ਜਾ ਖਲੜ ਪਾਉਣਾ, ਅਸੀਂ ਤਾਂ ਕਿਹਾ ਵੀ ਜਾਂ ਤਾਂ ਸਾਨੂੰ ਕਾਲੇ ਝੰਡੇ ਵਿਖਾ ਲੈਂਦੇ ਹੋ ਸਾਡਾ ਤੇ ਖੜੇ ਕਰ ਲਓ, ਜਾਂ ਸਾਨੂੰ ਸਵਾਲ ਜਵਾਬ ਕਰਨ ਦਿਓ। ਤਾਂ ਫੋਰਸ ਜਿਹੜੀ ਆ ਇਲੈਕਸ਼ਨ ਕਮਿਸ਼ਨ ਇਸ ਵੇਲੇ ਬਿਲਕੁਲ ਭਾਜਪਾ ਦਾ, ਔਰ ਅਫਸਰ ਪੂਰੇ ਡਰੇ ਪਏ ਆ, ਪਤਾ ਨਹੀਂ ਉਹਨੇ ਕਿੱਥੇ ਟੰਗ ਦੇਣਾ ਵਾ। ਤੇ ਕੱਲੀ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਆ, ਬਾਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ। ਪੰਜਾਬ 'ਚ ਨਸ਼ਾ ਆਮ ਵਿਕ ਰਿਹਾ, ਪੰਜਾਬ 'ਚ ਕਤਲ ਉਗਰਾਹਟ ਰੋਜ਼ ਹੋ ਰਹੀ ਆ, ਉਹਦੇ ਲਈ ਕੋਈ ਸਿਕਿਉਰਿਟੀ ਨਹੀਂ ਹੈਗੀ। ਪਿੰਡ 'ਚ ਕਤਲ ਹੋ ਜਾਂਦਾ, ਉੱਥੇ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ, ਸਿਕਿਉਰਿਟੀ ਸਿਰਫ ਭਾਜਪਾ ਦੇ ਲੀਡਰਾਂ ਨੂੰ ਚਾਹੀਦੀ ਆ। ਕੱਲ ਵੀ ਧਰਨਾ ਦਿੱਤਾ ਗਿਆ ਸੀ SSP ਆਫਿਸ ਦੇ ਬਾਹਰ, ਉਹਦਾ ਕੀ ਬਣਿਆ? ਹਾਂਜੀ, ਉਹਦਾ ਦੋਸ਼ੀਆਂ ਨੂੰ, ਉਹ ਕਹਿੰਦੇ ਵੀ ਦੋਸ਼ੀਆਂ ਖਿਲਾਫ ਜਿੰਨਾ ਕਿਸਾਨਾਂ ਦੇ ਵੱਟੇ ਚਲਾਏ ਉਹਨਾਂ ਖਿਲਾਫ ਪਰਚਾ ਦਰਜ ਕਰਦੇ ਨੇ, ਅੱਗੇ ਇਨਕੁਆਇਰੀ ਕਰ ਲੈਂਦੇ ਆ।